8-8 ਮਹੀਨੇ ਹੋ ਗਏ ਸੰਘਰਸ਼ ਦੇ ਲੜਦਿਆਂ ਨੂੰ। ਕੀ ਲੱਗਦਾ ਵੀ ਜੇ ਆਪਾਂ ਸਾਈਡ ਤੇ ਬੈਠ ਕੇ ਆਪਾਂ ਲੜਾਈ ਜਿੱਤ ਸਕਦੇ ਹਾਂ? ਇਹ ਇੱਕ ਛੋਟੀ ਜੀ ਗੱਲ ਹੈ ਸਾਡਾ ਕੰਮ ਕਰਾਣਾ। 3 ਮਹੀਨੇ ਹੋ ਗਏ ਲਗਾਤਾਰ ਦਿਨ ਰਾਤਾਂ ਧਰਨਾ ਚਾਹੁੰਦੇ ਨੂੰ। 250-250 150 200 ਬੰਦਾ ਹਰ ਰੋਜ਼ ਬੈਠਦਾ। ਇੱਕ ਆਸ ਸੀ ਰੋਜ਼ ਮੰਨ ਦੇ ਵਿੱਚ ਵੀ ਕੋਈ ਨਾ ਕੋਈ ਆਊਗਾ, ਕੋਈ ਨਾ ਕੋਈ ਦਿਨ ਇਹੋ ਜਿਹਾ ਆਊਗਾ ਵੀ ਸਾਡਾ ਕੰਮ ਚੱਲੂਗਾ। ਪਰ ਨਹੀਂ, ਹੱਥ ਖੜੇ ਹੋ ਗਏ। ਕੋਈ ਪ੍ਰਸ਼ਾ ਚੰਨੀ ਕੋਈ ਸਰਕਾਰ ਨਾਉਂਦੀ ਇੱਥਾ ਪੰਜਾਬ ਦੇ ਵਿੱਚ ਕੋਈ ਚੀਜ਼ ਨਹੀਂ ਆ ਇਹਨਾਂ ਨੂੰ ਕਿਸੇ ਦਰਦ ਤੱਕ ਕਿਸੇ ਤੱਕ ਮਤਲਬ ਨਹੀਂ ਕੋਈ ਗੱਡੀ ਫੜ ਹੁੰਦੀ ਕੋਈ ਬੰਦਾ ਮਾਲਕ ਮਰਦਾ ਕਿਸੇ ਦੇ ਘਰੇ ਨਿਆਣੇ ਭੁੱਕੇ ਬੈਠਦੇ ਕਿਸੇ ਦੀ ਸਕੂਲ ਦੀ ਫੀਸ ਨਹੀਂ ਜਾਂਦੀ ਇਹਨਾਂ ਵਾਸਤਾ ਕੋਈ ਗੱਲਬਾਤ ਨਹੀਂ ਆਗੀ ਜੇ ਇਹ ਜਾਤਮਈ ਧਰਨੇ ਨੂੰ ਬੇਬਕੂਪੀ ਸਾਡੀ ਸਮਝਦੇ ਆ ਤਾਂ ਇਹਨਾਂ ਵਾਸਤਾ ਵੀ ਬੇਬਕੂਪੀ ਆ ਸਾਨੂੰ ਸਾਢੇ 3 ਮਹੀਨੇ ਲਗਾਤਾਰ ਹੋ ਗਏ ਗਰਮੀਆਂ ਦੇ ਲੱਗੇ ਮੈਂ ਬਰਸਾਤ ਨਿਕਲ ਗਈ ਸਿਆਲ ਆ ਗਿਆ ਆਖਰ ਨੂੰ ਹੁਣ ਚੁੰਗੀ ਪੰਨਣੀ ਪਈ ਯੂਨੀਅਨ ਖਤਮ ਕਰਤੀ ਕੋ ਆ ਟਰੱਕ ਤੇ ਡੈਡੀ ਖਤਮ ਹੋ ਗਈ ਕਦੇ ਆ ਟਰੱਕ ਖਤਮ ਹੋਗੇ ਤਾਂ ਜਿਹੜੇ ਤੁਸੀਂ ਥੋੜੀ ਜਿਹੜੀ ਨੁਮਾਇੰਦਗੀ ਆ ਉਹ ਕਿੱਥਾ ਗਈ ਕਿੱਥਾ ਗਏ ਸਾਡੇ ਜਿਹੜੇ ਦਿੱਲੀ ਤੱਕ ਬੈਠੇ ਲੋਕ ਆ ਜਿਹੜੇ 856 ਟਰੱਕ ਨੂੰ ਅੱਜ ਸਾਡੇ 3 ਮਹੀਨੇ ਹੋ ਗਏ 5000 ਪਰਿਵਾਰ ਸਾਡਾ ਜਿਹੜਾ ਰੋੜ ਰਿਹਾ ਕੋਈ ਬੰਦਾ ਸਾਡੀ ਉਹ ਵੀ ਸਾਡੀ ਬਾਤ ਨਹੀਂ ਪੁੱਛਦਾ ਤਾਂ ਸਾਡੇ ਕੀਰਤਪੁਰ ਸਾਹਿਬ ਤੋਂ ਪੰਜਾਬ ਦਾ ਸਟੇਸ਼ਨ ਅਸੀਂ ਬਿਲਕੁਲ ਵੀ ਇੱਕ ਕੋਲੇ ਦੀ ਗਿੱਟੀ ਨਹੀਂ ਚੱਕਣ ਦਵਾਂਗੇ ਜਾ ਕੋਲਾ ਬੰਦ ਹੁੰਦਾ ਹੋ ਜੇ ਸਾਨੂੰ ਕੋਈ ਮਤਲਬ ਨਹੀਂ ਹੈ ਉਹ ਸਿਮਿੰਟ ওভারਲੋਡ ਲੈ ਕੇ ਨਾ ਆਜੇ ਕੋਲਾ ਪਰ ਨਾ ਆਜੇ 20 ਤਰੀਕ ਸਵੇਰ ਨੂੰ ਜਿਹੜਾ ਅਸੀਂ ਉੱਥੇ ਬਿਲਕੁਲ ਪੂਨ ਪੱਕੇ ਤੌਰ ਤੇ ਧਰਨਾ ਦੇਣ ਲੱਗੇ ਕਿਉਂਕਿ ਜੇ ਸਾਨੂੰ ਮਾਲੀ ਤਾਂ ਸਾਡੇ ਕੀਰਤਪੁਰ ਸਾਹਿਬ ਤੇ ਕੋਈ ਮਾਲੀ ਚੱਕਣ ਦੇਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬਤਸੀ ਰਾਣਾ ਟਰੱਕ ਸੋਸਾਇਟੀ ਕੀਤਪੁਰ ਸਾਹਿਬ ਦੇ ਧਰਨੇ ਨੂੰ ਚਲਦਿਆਂ ਲਗਭਗ 3.5 ਮਹੀਨੇ ਦਾ ਸਮਾਂ ਹੋ ਗਿਆ ਅਤੇ ਜਿਹੜਾ ਇਹਨਾਂ ਦਾ ਸੰਘਰਸ਼ ਹੈ ਉਹਨੂੰ ਚਲਦਿਆਂ 7 ਮਹੀਨੇ ਹੋ ਚੁੱਕੇ ਐ ਮੈਂ ਇੱਕ ਵਾਰ ਤਸਵੀਰਾਂ ਜਰੂਰ ਦਿਖਾਉਂਗਾ ਕਿ ਜਿਹੜੇ ਟਰੱਕ ਆਪਰੇਟਰ ਦਾ ਜਿਹੜਾ ਧਰਨਾ ਹੈ ਪਿੰਡ ਮੋੜਾ ਵਿਖੇ ਚੱਲ ਰਿਹਾ ਸਰਦੀ ਪਿੰਡ ਆ ਪੰਜਾਬ ਦਾ ਇਹ ਤੋਂ ਬਾਅਦ ਹਿਮਾਚਲ ਸ਼ੁਰੂ ਹੋ ਜਾਂਦਾ ਟਰੱਕ ਆਪਰੇਟਰਾਂ ਵੱਲੋਂ ਆਪ ਨੂੰ ਰਹਿਣ ਵਾਸਤੇ ਜਿਹੜਾ ਰਾਤ ਸਮੇਂ ਉਹ ਝੁੱਗੀ ਇੱਥੇ ਪੱਕੇ ਤੌਰ ਤੇ ਪਾ ਲਈ ਗਈ ਆ ਆਪਾਂ ਗੱਲਬਾਤ ਜਰੂਰ ਕਰਾਂਗੇ ਕਿਉਂਕਿ ਜੇ ਸਾਈਡ ਤੇ ਬਹਿ ਕੇ ਆਪਾਂ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਸਾਈਡ ਤੇ ਬੈਟਿਆਂ ਨੂੰ ਹਲੇ ਤੱਕ ਹੱਲ ਕੋਈ ਨਹੀਂ ਹੋਇਆ ਤੇ ਸ਼ਾਇਦ ਸਰਕਾਰ ਨੂੰ ਵੀ ਇਹ ਲੱਗਦਾ ਹੋਣਾ ਕਿ ਜਿਹੜਾ ਇਹ ਟਰੱਕ ਆਪਰੇਟਰ ਸ਼ਾਂਤ ਮਈ ਬੈਠੇ ਆ ਇਹਨਾਂ ਦਾ ਹੱਲ ਕਿਸ ਤਰੀਕੇ ਨਾਲ ਹੋਊਗਾ ਵੀਰ ਸਿੰਘ ਜਿਹੜੇ ਆ ਟਰੱਕ ਸਾਈਟੀ ਦੇ ਪ੍ਰਧਾਨ ਉਹ ਸਾਡੇ ਨਾਲ ਹਾਜ਼ਰ ਨੇ ਕਿਉਂਕਿ ਇਹਨਾਂ ਨੇ ਕਿਹਾ ਕਿ ਆਉਣ ਵਾਲੀ 20 ਦਸੰਬਰ ਨੂੰ ਇੱਕ ਵੱਡਾ ਐਕਸ਼ਨ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਕਿਹੜਾ ਐਕਸ਼ਨ ਆ ਕੀ ਕੀਤਾ ਜਾਊਗਾ 20 ਤਰੀਕ ਨੂੰ ਕਿਸ ਤਰ੍ਹਾਂ ਦਾ ਐਕਸ਼ਨ ਹੋਊਗਾ ਗੱਲਬਾਤ ਜ਼ਰੂਰ ਕਰਾਂਗੇ ਅਹ ਵੀਰ ਸਿੰਘ ਜੀ ਪਹਿਲਾਂ ਤਾਂ ਸਵਾਗਤ ਹੈ ਲਗਭਗ 3 ਮਹੀਨੇ ਸਾਢੇ 3 ਮਹੀਨੇ ਹੋ ਗਏ ਇੱਥੇ ਬੈਠਿਆਂ ਨੂੰ 7-8 ਮਹੀਨੇ ਹੋ ਗਏ ਸੰਘਰਸ਼ ਲੜਦਿਆਂ ਨੂੰ ਕੀ ਲੱਗਦਾ ਵੀ ਜੇ ਆਪਾਂ ਸਾਈਡ ਤੇ ਬੈਠ ਕੇ ਆਪਾਂ ਲੜਾਈ ਜਿੱਤ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਾਡਾ ਮਨ ਕਿਸੇ ਨੂੰ ਸਤਾੜਦਾ ਨਹੀਂ ਹੈਗਾ ਇਸ ਕਰਕੇ ਅਸੀਂ ਜਿਹੜਾ ਸਰਕਾਰ ਨੂੰ ਇੱਕ ਪਹਿਲਾਂ ਡਰਾਬੇ ਦੇ ਤੌਰ ਤੇ ਦਿੰਦੇ ਆ ਕਿ ਚਲੋ ਸਾਡਾ ਹੱਕ ਬਣਦਾ ਕਿ ਛੋੜੀ ਜੀ ਸਰਕਾਰ ਬਾਤਾਂ ਪੰਜਾਬ ਸਰਕਾਰ ਬਾਤਾਂ ਇਹਨਾਂ ਪ੍ਰਸ਼ਾਜਨ ਦੇ ਬਾਤਾਂ ਕਿ ਛੋੜੀ ਜੀ ਗੱਲ ਹੈ ਸਾਡਾ ਕੰਮ ਕਰਾਣਾ ਕਿਉਂਕਿ ਸਾਡਾ ਐਗਰੀਮੈਂਟ ਹੋਏ ਵੇ ਸਾਡਾ ਕੰਮ ਚੱਲਿਆ ਵਾ ਸਾਡੇ ਇਲਾਕੇ ਚੋਂ ਮਾਲ ਜਾਂਦੇ ਪਰ ਕਿਸੇ ਬੰਦੇ ਨੇ ਸਾਡੇ 3 ਮਹੀਨੇ ਹੋ ਗਏ ਲਗਾਤਾਰ ਦਿਨ ਰਾਤ ਦਾ ਧਰਨਾ ਚੱਲਦੇ ਨੂੰ ਸਾਡਾ 200 250 150 200 ਬੰਦਾ ਹਰ ਰੋਜ਼ ਬੈਠਦਾ ਇੱਕ ਆਸਤੀ ਰੋਜ਼ ਮੰਨਦੇ ਵਿੱਚ ਵੀ ਕੋਈ ਨਾ ਕੋਈ ਆਊਗਾ ਕੋਈ ਨਾ ਕੋਈ ਦਿਨ ਇਹੋ ਜਿਹਾ ਆਊਗਾ ਵੀ ਸਾਡਾ ਕੰਮ ਚੱਲੂਗਾ ਪਰ ਨਹੀਂ ਹੱਥ ਘੜੇ ਹੋ ਗਏ ਕੋਈ ਪ੍ਰਸ਼ਾਸਨ ਨਹੀਂ ਕੋਈ ਸਰਕਾਰ ਨਾਉਂਦੀ ਇੱਥੇ ਪੰਜਾਬ ਦੇ ਵਿੱਚ ਕੋਈ ਚੀਜ਼ ਨਹੀਂ ਹੈ ਇਹਨਾਂ ਨੂੰ ਕਿਸੇ ਦਰਦ ਤੱਕ ਕਿਸੇ ਤੱਕ ਮਤਲਬ ਨਹੀਂ ਕੋਈ ਗੱਡੀ ਫੜ ਹੁੰਦੀ ਕੋਈ ਬੰਦਾ ਮਾਲਕ ਮਰਦਾ ਕਿਸੇ ਦੇ ਘਰੇ ਨਿਆਣੇ ਭੁੱਖੇ ਬੈਠਦੇ ਕਿਸੇ ਦੀ ਸਕੂਲ ਦੀ ਫੀਸ ਨਹੀਂ ਜਾਂਦੀ ਇਹਨਾਂ ਵਾਸਤੇ ਕੋਈ ਗੱਲਬਾਤ ਨਹੀਂ ਹੈਗੀ ਹੁਣ ਅਸੀਂ ਇਸੇ ਕਰਕੇ ਸੋਚਿਆ ਵੀ ਕੋਈ ਨਾ ਕੋਈ ਆਪਾਂ ਹੁਣ ਜਿਹੜਾ ਕੋਈ ਵੱਡਾ ਐਕਸ਼ਨ ਕਰੀਏ ਕਿਉਂਕਿ ਜੇ ਹੈ ਸ਼ਾਂਤਮਈ ਧਰਨੇ ਨੂੰ ਬੇਬਕੂਪੀ ਸਾਡੀ ਸਮਝਦੇ ਆ ਤਾਂ ਇਹਨਾਂ ਵਾਤਾ ਵੀ ਬੇਬਕੂਫੀਆ ਕਿਉਂਕਿ ਅਸੀਂ ਚਾਹਦੇ ਤੇ ਵੀ ਕਿਸੇ ਨੂੰ ਖੱਜੜ ਖਵਾਰਨਾ ਕਰੀਏ ਵੀ ਚਲੋ ਕੋਈ ਨਹੀਂ ਜੇ ਅੱਧੀ ਪਿਆਰ ਦੇ ਨਾਲ ਕੰਮ ਹੋ ਜੇ ਇਹ ਸਾਨੂੰ ਸਿਰਫ ਲੌਲੀਪੌਪ ਦਿੰਦੇ ਟਾਈਮ ਟਪਾਈ ਕਰਦੇ ਹੁਣ ਬਿਲਕੁਲ ਵੀ ਐਸਾ ਜਿਹੜਾ ਕੰਮ ਨਹੀਂ ਹੋਣ ਦੇਣਾ ਅਸੀਂ ਨਹੀਂ ਤੁਸੀਂ ਕਿਹਾ ਵੀ ਆਪਾਂ ਸ਼ਾਂਤਮਈ ਬੈਠੇ ਆਂ ਸੰਘਰਸ਼ ਕਰ ਰਹੇ ਆਂ ਬੀਤੇ ਦਿਨੀ ਤੁਸੀਂ ਜਦੋਂ ਪਹਿਲਾਂ ਪਹਿਲੀ ਕਾਲ ਦਿੱਤੀ ਸੀ ਪਿੰਡ ਮੱਸੀਵਾਲ ਵਿਖੇ ਕੀਤਾ ਸੀ ਘੱਟ ਉਸ ਤੋਂ ਬਾਅਦ ਵੀ ਕੋਈ ਹਲਜੋਲੀ ਹੋਈ ਉਹ ਤੋਂ ਬਾਅਦ ਇੱਕ ਆਪਾਂ ਟਰੱਕਾਂ ਦੀ ਜਿਹੜਾ ਆਪਾਂ ਰੈਲੀ ਟਾਈਪ ਰੋਸ ਮਾਰਚ ਕੱਢਿਆ ਸੀ ਉਹਦੇ ਬਾਅਦ ਵੀ ਕੋਈ ਹੱਲ ਨਹੀਂ ਹੋਇਆ ਉਹ ਤੋਂ ਬਾਅਦ ਇੱਥੇ ਹੀ ਤੁਸੀਂ ਇੱਕ ਆ ਕਾਲ ਦਿੱਤੀ ਸੀ ਜਿੱਥੇ ਪੰਜਾਬ ਪ੍ਰਧਾਨ ਵੀ ਜਿਹੜਾ ਆਏ ਸੀ ਕੋਈ ਉਹ ਤੋਂ ਬਾਅਦ ਵੀ ਹੱਲ ਨਹੀਂ ਹੋਇਆ ਜੇ ਅਸਾਈਡ ਤੇ ਬਹਿ ਕੇ ਹੀ ਹੱਲ ਨਹੀਂ ਹੋ ਰਿਹਾ ਫਿਰ ਤੁਸੀਂ ਕਹਿੰਦੇ ਆਪਾਂ ਇੱਕ ਵੱਡਾ ਸੰਘਰਸ਼ ਕਰਾਂਗੇ ਸੰਘਰਸ਼ ਤਾਂ ਰਹਿ ਲੀਆਂ ਕੱਢ ਕੇ ਦੇਖ ਲਈਆਂ ਰੋਸ ਮਾਰਚ ਕਰਕੇ ਦੇਖ ਲਈਏ ਹੁਣ ਇੱਥੇ ਪਰੇ ਕਿਹੜਾ ਸੰਘਰਸ਼ ਕਰ ਰਹੇ ਹੋ ਹੁਣ ਦੇਖੋ ਜੀ ਜਦੋਂ ਕੋਈ ਅਸੀਂ ਆਪਣੇ ਵੱਲ ਤੇ ਸਭ ਕੋ ਕਰਕੇ ਦੇਖ ਲੈ ਜਿੰਡਾ ਸਾਡਾ ਦਿਮਾਗਾਂ ਸੀ ਕੋਈ ਪੋਲਿਟਿਕਸ ਬੰਦੇ ਨਹੀਂ ਆ। ਨਾ ਸਾਡੀ ਕੋਈ ਅੱਡੀ ਗੱਲਬਾਤ ਆ, ਨਾ ਸਾਡੀ ਕੋਈ ਪਹੁੰਚ ਆ, ਨਾ ਸੀ ਕੋਈ ਵੋਟਾਂ ਲੈਣੀ ਆ ਕਿਸੇ ਤੋਂ। ਅਸੀਂ ਚਾਹਦੇ ਤੇ ਵੀ ਕਿਸੇ ਨਾਲ ਅਸੀਂ ਨਾ ਟਕਰੋ ਟੱਕਰੀਏ ਹੋਈਏ ਸਾਡੇ ਪਰਿਵਾਰ, ਸਾਡੇ ਭਾਈ ਸਾਡੇ ਰੋਣਾ ਪਰ ਬੈਠਣ ਦੇ ਨਾਲ ਕੋਈ ਪਰੇਸ਼ਾਨ ਹੁੰਦਾ ਅਸੀਂ ਨਹੀਂ ਚਾਹਦੇ ਤੇ। ਪਰ ਬਿਲਕੁਲ ਜਿਹੜੀ ਸਾਡੀ ਸੋਚ ਗਲਤ ਨਿਕਲੀ। ਅਸੀਂ ਦੋ ਤਿੰਨ ਵਾਰੀ ਸਰਕਾਰ ਨੂੰ ਇੱਕ ਦੇਗਾ ਦੇਖ ਲਿਆ ਆਪਣੇ ਵੱਲ ਤੇ ਅਲਟੀਮੇਟਮ ਟਾਈਮ ਵੀ ਕੋਈ ਨਾ ਕੋਈ ਜਾਗ ਜੋ, ਕੋਈ ਨਾ ਕੋਈ ਜਾਗ ਜੋ। ਨਹੀਂ ਜਾਗੇ ਹੁਣ ਦੇਖੋ ਜ ਸਾਡੀ ਹੁਣ ਮਜਬੂਰੀ ਬਣ ਗਈ ਸਾਨੂੰ ਸਾਡੇ 3 ਮਹੀਨੇ ਲਗਾਤਾਰ ਹੋ ਗਏ ਗਰਮੀਆਂ ਦੇ ਲੱਗੇਵੇਂ ਬਰਸਾਤ ਨਿਕਲ ਗਈ ਸਿਆਲ ਆ ਗਿਆ ਆਖਰ ਨੂੰ ਹੁਣ ਚੁੰਗੀ ਪੰਨਣੀ ਪਈ ਦਿਨ ਰਾਤ ਮਰਦੇ ਇਥੇ ਕਦੇ ਸੁੱਤਿਆਂ ਤੇ ਗਾਈਆਂ ਚੜ ਜਾਂਦੀਆਂ ਕਦੇ ਕੁੱਤੇ ਆ ਗਏ ਸਾਡੇ ਭਾਂਡੇ ਚੱਕਰ ਲੈ ਜਾਂਦੇ ਸਾਡੀ ਜਿਹੜੀ ਮਜਬੂਰੀ ਆ ਹੁਣ ਸਾਡੇ ਕੋਲ ਹੀ ਰਿਆ ਜਾਂਦਾ ਕਿਉਂਕਿ ਸਾਡੀਆਂ ਗੱਡੀਆਂ ਐਸੇ ਦਿਨੋਂ ਦਿਨ ਜਾਂਦੀਆਂ ਡੁੰਗੀਆਂ ਹੁੰਦੀਆਂ ਕੰਮ ਸਾਡੇ ਲੋਨ ਸਾਡੇ ਟੁੱਟਦੇ ਜਾਂਦੇ ਸਾਡੇ ਜਿਹੜਾ ਕੰਮ ਹੈ ਬਹੁਤ ਖਰਾਬ ਹੁੰਦਾ ਜਾਂਦਾ ਟੈਕਸ ਸਾਡੇ ਟੁੱਟ ਗਏ ਹੁਣ ਸਾਡੇ ਕੋਲ ਇੱਕੋ ਹੀ ਚਾਰਾ ਚੋਰੀ ਜਾਂਦਾ ਸੀ ਮਰੀਏ ਜਾ ਸਾਨੂੰ ਕੰਮ ਮਿਲਿਆ ਬਸ ਹੁਣ ਅਸੀਂ ਇਹ ਕੰਮ ਚਾਹਦੇ ਆ ਜੀ ਨਹੀਂ ਫਿਰ ਕਿੱਦਾਂ ਦਾ ਸ਼ਿੰਗਾਰ ਹੋਊਗਾ ਹੁਣ ਤੁਸੀਂ ਗੱਲ ਕਰਦੇ ਸੀ ਕਿ 20 ਤਰੀਕ ਨੂੰ ਇੱਕ ਵੱਡੀ ਆਪਾਂ ਵੱਡੇ ਸ਼ਿੰਗਾਰਸ ਨੂੰ ਲਈ ਲੀਕਣ ਜਾ ਰਹੇ ਆ ਕੀ ਸ਼ਿੰਗਾਰ ਹੋਊਗਾ 20 ਤਰੀਕ ਦਾ ਕੀ ਪ੍ਰੋਗਰਾਮ ਹੈ ਦੇਖੋ ਵੱਡਾ ਸ਼ਿੰਗਾਰਚੀ ਦੇ ਬਾਦ ਦਾ ਇਹ ਵੱਡਾ ਨਾ ਸਮਝੀਏ ਇੱਕ ਜਿਹੜੀ ਸਾਡੇ ਕੀਰਤਵਰ ਦੇ ਵਿੱਚ ਕ ਹਿਮਾਚਲ ਦੀ ਟਰੱਕ ਸੁਸਾਇਟੀ ਬਲਾਸਪੁਰ ਦੀ ਜਿਹਦੇ ਵਿੱਚ ਆਲ ਗੱਡੀ 5000 ਗੱਡੀ ਪੂਰੇ 4-6 ਜ਼ਿਲ੍ਹੇ ਜਿਹੜੇ ਹਿਮਾਚਲ ਦੇ ਉਹਦੀ ਗੱਡੀ ਆ ਕੇ ਕੀਰਤਵਰ ਸਾਹਿਬ ਤੋਂ ਕੋਲਾ ਚੱਕਣ ਆਂਦੀ। ਜਿਹੜਾ ਕਿ ਸਾਨੂੰ ਪਾਈਆ ਪਾਈਆ ਕੋਲਾ ਰੋਜ਼ ਖਾਣਾ ਪੈਂਦਾ ਧੂੜ ਮਿੱਟੀ ਅਸੀਂ ਸਾਡੇ ਪਰਿਵਾਰ ਸਾਡੇ ਭਾਈ ਭੈਣ ਜਿਹੜੇ ਕੈਂਸਰ ਦੇ ਮਰੀਜ਼ ਹੁੰਦੇ ਜਾਂਦੇ ਕੋਲੇ ਦੇ ਨਾਲ। ਉਹਨਾਂ ਨੂੰ ਅਸੀਂ ਕੁਝ ਦਿਨ ਪਹਿਲਾਂ ਹੁੰਦੇ ਦੀ ਜਿਹੜੀ ਟਰੱਕ ਸੁਸਾਇਟੀ ਉਹਦੇ ਵਿੱਚ ਗਏ ਤੇ ਉਹਨਾਂ ਦਾ ਹਾਲਾਂਕਿ ਪ੍ਰਧਾਨ ਜਿਹੜਾ ਇੱਕ ਡੰਮੀ ਪ੍ਰਧਾਨ ਲਾਇਆ ਵਾ ਉਹ ਸਿਰਫ ਇੱਕ ਦਿਖਾਵੇ ਨੂੰ ਪੰਜਾਬ ਦਾ ਲਾ ਦਿੰਦੇ ਪਰ ਜੋ ਉਹਦੇ ਇਨਕਮ ਹੈ ਉਹਦੀ ਬਿਲਟੀ ਦਾ ਪੈਸਾ ਹੈ ਜੋ ਉਧਰ ਰੈਵਨਿਊ ਬਣਦਾ ਜੋ ਰੁਪਈਆ ਵੀ ਬਣਦਾ ਉਹ ਸਾਰਾ ਹੈ ਆਪਣੇ ਆਕਾ ਜਿਹੜੇ ਦੇ ਬਲਾਸਪਰ ਦੇ ਵਿੱਚ ਬੈਠੇ ਜਿਹੜੇ ਇਹਦੀ ਸੁਸਾਇਟੀ ਮੇਨ ਹੈ ਜਿਹੜੀ ਹੈਡ ਹੈ ਉੱਥਾ ਪਜਾਂਦੇ ਪਹਿਲਾ ਨੰਬਰ ਦਾ ਮੈਂ ਸਵਾਲ ਪੂਰੀ ਪੰਜਾਬ ਦੇ ਜਿਹੜੇ ਸਾਡੇ ਟਰਾਂਸਪੋਰਟ ਭਾਈ ਆ ਕੋਈ ਸਾਡੇ بڑے ਨਮਾਇੰਦੇ ਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿੱਥੇ ਸੁੱਤੇ ਪਏ ਤੁਸੀਂ ਜੇ ਤੁਹਾਡੇ ਭਰਾ ਐਦਾ ਮਰਮਰ ਕੇ ਦਿਨੋਂ ਦਿਨ ਮਰਮਰ ਕੇ ਕੋਈ ਆ ਯੂਨੀਅਨ ਖਤਮ ਕਰਤੀ ਕੋ ਆ ਟਰੱਕ ਜਦ ਡੇਢੀ ਖਤਮ ਹੋ ਗਈ ਕਦੇ ਆ ਟਰੱਕ ਖਤਮ ਹੋ ਗਏ ਤਾਂ ਜਿਹੜੇ ਤੁਸੀਂ ਥੋੜੀ ਜਿਹੜੀ ਨੁਮਾਇੰਦਗੀ ਆ ਉਹ ਕਿੱਥਾ ਗਈ ਕਿੱਥਾ ਗਏ ਸਾਡੇ ਜਿਹੜੇ ਦਿੱਲੀ ਤੱਕ ਬੈਠੇ ਲੋਕ ਆ ਜਿਹੜੇ 856 ਟਰੱਕ ਨੂੰ ਅੱਜ ਸਾਡੇ 3 ਮਹੀਨੇ ਹੋ ਗਏ 5000 ਪਰਿਵਾਰ ਸਾਡਾ ਜਿਹੜਾ ਰੋਲ ਰਿਹਾ ਕੋਈ ਬੰਦਾ ਸਾਡੀ ਉਹ ਵੀ ਸਾਡੀ ਬਾਤ ਨਹੀਂ ਪੁੱਛਦਾ ਹੁਣ ਮੈਂ ਇਹ ਕਹਿੰਦਾ ਵੀ ਜਿਹੜੀ ਇਹ ਟਰੱਕ ਸੁਸਾਇਟੀ ਬਣੀ ਵੀ ਬਲਾਸਪੁਰ ਦੀ ਮੈਂ ਇਹਦੇ ਪਰ ਕਿੰਤੂ ਕਰਦਾ ਇਹਦੇ ਬਾਰੇ ਇੱਕ ਤਾਂ ਕੋਈ ਸਾਡਾ ਰੋਪੜ ਦਾ ਪ੍ਰਸ਼ਾਸਨ ਸਾਡੀ ਜਿਹੜੀ ਇਹ ਸਰਕਾਰ ਹੈ ਇਹ ਜਵਾਬ ਦੇਵਾ ਜੇ ਸੋਸਾਇਟੀ ਹੈ ਮੈਂ ਚਲਦੀ ਇਹਦਾ ਰੈਵਨਿਊ ਹੈ ਇਹਦਾ ਜਿਹੜੀ ਇੱਕ ਵੀ ਗੱਡੀ ਜੇ 5000 ਗੱਡੀ ਦੇ ਵਿੱਚ ਲਿਖੀ ਗਈ ਹੈ ਤਾਂ 5000 ਦੀ 5000 ਗੱਡੀ ਐਚਪੀ ਨੰਬਰ ਹੈ ਇੱਕ ਵੀ ਗੱਡੀ ਪੰਜਾਬ ਨੰਬਰ ਇਹ ਦਿਖਾ ਦੇਣ ਮੈਂ ਕੱਲ ਨੂੰ ਛੱਡਗਾ ਪ੍ਰਧਾਨੀ ਦੇ ਤੌਰ ਤੇ ਘਰਾਂ ਨੂੰ ਚਲ ਜਾਗਾ ਸਾਡੀ ਗੱਡੀ ਘਰੇ ਖੜੀ ਉਹ ਗੱਡੀਆਂ ਰੋਜ਼ ਕੈਂਟੀ ਖੜਕਾਉਂਦੀਆਂ ਮਾਲ ਭਰਦੀਆਂ ਤੁਰਦੀਆਂ ਬਣਦੀਆਂ ਕਿਹੜੇ ਹੱਕ ਦੇ ਨਾਲ ਕੋਣ ਬੰਦਾ ਇਹ ਗੱਲ ਕਰਾ ਰਿਹਾ ਕੋਣ ਹੈ ਸਾਡੇ ਜਿਹੜੇ ਕੰਮ ਦੇ ਵਿੱਚ ਡਿੱਕਾ ਪਾਰੀ ਸਾਡੀ ਸਰਕਾਰ ਦੇ ਹੁਣ ਜਿਹੜੀ ਪਹਿਲਾਂ ਗਏ ਸੀ ਉਹਨਾਂ ਨੂੰ ਇਹ ਕਹਿਆ ਜੀ ਕੋਈ ਨਾ ਕੋਈ ਦੇਖੋ ਅਸੀਂ ਭੁੱਖੇ ਬੈਠੇ ਥੋੜਾ ਕੋਈ ਹੱਕ ਨਹੀਂ ਹੈਗਾ ਜੇ ਤੁਸੀਂ ਉੱਪਰ ਦੇ ਕੋਈ ਮਾਲ ਦਿੰਦੇ ਆ ਤਾਂ ਤੁਸੀਂ ਸਾਡੇ ਨਾਲ ਗੱਲ ਕਰੋ ਜਦ ਤੁਸੀਂ ਉੱਪਰ ਦੇ ਹਿਮਾਚਲ ਜੋ ਕੋਈ ਸਾਨੂੰ ਇੱਕ ਗਿੱਡੀ ਤੱਕ ਨਹੀਂ ਦਿੰਦੇ ਤਾਂ ਸਾਡੇ ਕੀਰਤਪੁਰ ਸਾਹਿਬ ਤੋਂ ਪੰਜਾਬ ਦਾ ਸਟੇਸ਼ਨ ਅਸੀਂ ਬਿਲਕੁਲ ਵੀ ਇੱਕ ਕੋਲੇ ਦੀ ਗਿੱਡੀ ਨਹੀਂ ਚੱਕਣ ਦਵਾਵਾਂਗੇ ਜਾਂ ਕੋਲਾ ਬੰਦ ਹੁੰਦਾ ਹੋ ਜੇ ਸਾਨੂੰ ਕੋਈ ਮਤਲਬ ਨਹੀਂ ਹੈ ਇਹ ਉਹ ਨਹੀਂ ਐਦਾ ਨੇ ਨਾ 50 ਸਾਲ ਹੋ ਗਏ ਲਗਾਤਾਰ ਹਿਮਾਚਲ ਦੀ ਗੱਡੀ ਚੱਲਦੀ ਨੂੰ ਕੀ ਦੀ ਜੈ ਤੇ ਚਲਦੀ ਕੌਣ ਚਲਾ ਰਿਆ ਸਾਡੇ ਭਰਾ ਪੰਜਾਬ ਦੇ ਭੁੱਖੇ ਬੈਠੇ ਅਸੀਂ ਜਿਹੜਾ ਕੋਲਾ 20 ਤਰੀਕ ਨੂੰ ਸਵੇਰ ਨੂੰ ਜਿਹੜਾ ਉਹਦਾ ਰਸਤਾ ਜਾਂਦਾ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਿਸੇ ਪ੍ਰਾਈਵੇਟ ਬੰਦੇ ਨੂੰ ਉਹਨਾਂ ਬਾਤਾਂ ਰਾਤਾ ਮੇਰੇ ਪਿੰਡ ਦਾ ਰਸਤਾ ਸ਼ਾਹਪੁਰ ਬੇਲੇ ਦਾ ਰਸਤਾ ਉਹਨੂੰ ਛੱਡ ਕੇ ਕਾਰਾਂ ਦੀ ਜਗ੍ਹਾ ਜੋ ਆਊਗਾ ਚਲੋ ਉਹਨਾਂ ਨੂੰ ਕਿਸੇ ਨੂੰ ਲੋਡ ਹੈ ਉਹ ਲੰਘ ਗਏ ਪਰ ਉੱਥੇ ਕੋਈ ਹਿਮਾਚਲ ਦੀ ਗੱਡੀ ਉਹ ਸਿਮਿੰਟ ਓਵਰਲੋਡ ਲੈ ਕੇ ਨਾ ਆਜੇ ਕੋਲਾ ਭਰ ਨਾ ਆਜੇ 20 ਤਰੀਕ ਸਵੇਰ ਨੂੰ ਜਿਹੜਾ ਅਸੀਂ ਉੱਥੇ ਬਿਲਕੁਲ ਪੂਨਤ ਪੱਕੇ ਤੌਰ ਤੇ ਧਰਨਾ ਦੇਣ ਲੱਗੇ ਕਿਉਂਕਿ ਜੇ ਸਾਨੂੰ ਮਾਲ ਨਹੀਂ ਤਾਂ ਸਾਡੇ ਕੀਰਤਪੁਰ ਸਾਹਿਬ ਤੇ ਕੋਈ ਮਾਲ ਨਹੀਂ ਚੱਕਣ ਦੇਣਾ ਟਰੱਕ ਸੁਸਾਇਟੀ ਕੀ ਦੇ ਅਧਿਕਾਰ ਸਾਡੇ ਸ਼ੇ ਅਧਿਕਾਰ ਖੇਤਰ ਚ ਕਿੱਦਾਂ ਬਣੀ ਵੀ ਕੌਣ ਇਹਨੂੰ ਬਣਾਉਣ ਵਾਲਾ ਏ ਬਿਲਕੁਲ ਇਹ ਬੰਦ ਹੋਣੀ ਚਾਹੀਦੀ ਸਾਡੇ ਭਰਾਵਾਂ ਦਾ ਹੱਕ ਬਣਦਾ ਉਹਨਾਂ ਨੂੰ ਕੰਮ ਦਿੱਤਾ ਜਾਵੇ ਲੱਗਦਾ ਨਹੀਂ ਵੀਰ ਸਿੰਘ ਜੀ ਜੇ ਸਾਡੇ ਏਰੀਆ ਚੋਂ ਮਾਲ ਜਾ ਰਿਹਾ ਉਹ ਕਹਿੰਦੇ 282 ਗੱਡੀ ਸਾਡੇ ਕਹਿੰਦੇ ਪੰਜਾਬ ਦੀ ਅਸੀਂ ਲਈ ਹੋਈ ਐ ਲੱਗਦਾ ਪੰਜਾਬ ਦੀ 282 ਗੱਡੀ ਹੈਗੀ ਐ 6 282 ਗੱਡੀ ਪੰਜਾਬ ਦੀ ਪਾਈ ਵੀ ਐ ਤਾਂ ਉਹ ਕਿਹੜੀ ਇੱਕ ਨੰਬਰ ਪੰਜਾਬ ਦਾ ਮੈਨੂੰ ਦੱਸਿਆ ਜਾਵਾ ਹੈ ਕਿਹਦੇ ਕਹਿਣ ਤੇ ਪਾਈ ਵੀ ਕਿਹਨਾ ਪਾਈ ਵੀ ਕਾਦੀ ਪਾਈ ਵੀ ਉਹਦੀ ਸਾਰੀ ਡਿਟੇਲ ਚਾਹੀਦੀ ਜੇ ਉਹ 282 ਵਾਲੇ ਅੱਜ ਜਾਗਦੇ ਆ ਮੈਂ ਕਹਿੰਦਾ ਸਾਡੇ ਭਰਾਏ ਕੋਈ ਗੱਲ ਨਹੀਂ ਤਾਂ ਉਹਨਾਂ ਪਰ ਇਹ ਤਾਨਾਸ਼ਾਹੀ ਕਿਉਂ ਆ ਕੀ ਉਹ ਹਿਮਾਚਲ ਤੇ ਨੰਬਰ ਤੇ ਗੱਡੀਆਂ ਚਲਾਉਣ ਨੂੰ ਮਜਬੂਰ ਕਿਉਂ ਆ ਜੇ ਉਹ ਪੰਜਾਬ ਦੇ ਆ ਤਾਂ ਉਹਦੇ ਪੰਜਾਬ ਦਾ ਹੱਕ ਬਣਦਾ ਉਹਦੀ ਰੈਵਨਿਊ ਪੰਜਾਬ ਨੂੰ ਜਾਵਾ ਉਹਦੇ ਟੈਕਸ ਪੰਜਾਬ ਨੂੰ ਜਾਣ ਜੇ ਉਹ 282 ਗੱਡੀ ਹਿਮਾਚਲ ਨੰਬਰਾਂ ਤਾਂ ਕੀ ਦੇ ਕਹਿਣਤੇ ਆ ਕਿਹੜਾ ਤਾਨਾਸ਼ਾਹੀ ਫਰਮਾਨ ਹੈ ਜਿਹੜਾ ਲਾਗੂ ਹੈ ਵਾ ਵੀ ਸਾਨੂੰ ਮਜਬੂਰ ਕੀਤਾ ਹੋਇਆ ਕਿ ਪੰਜਾਬੀਆਂ ਨੂੰ ਹਿਮਾਚਲ ਦੇ ਨੰਬਰ ਲੈਣ ਬਾਤ ਤਾਂ ਉਹ ਕੀ ਗੱਲ ਹੈ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਜੇ ਕੋਲਾ ਭਰੂਗੀ ਸਾ ਪੰਜਾਬ ਨੰਬਰ ਗੱਡੀ ਹੀ ਭਰੂਗੀ ਜੇ ਸਾਡੇ ਕੀਰਤਵਰ ਜੋ ਮਾਲ ਨਿਕਲੂਗਾ ਤਾਂ ਪੰਜਾਬ ਨੰਬਰ ਗੱਡੀ ਦਾ ਹੱਕ ਹੈ ਨਾ ਕਿ ਹਿਮਾਚਲ ਨੰਬਰ ਦਾ ਜੇ ਉਹ ਕੋਈ ਹੱਕ ਜਿਤਾਣਗੇ ਤਾਂ ਉਹਨਾਂ ਨਾਲ ਵੀ ਅਸੀਂ ਜਰੂਰ ਆਪਣੇ ਭਰਾਵਾਂ ਨਾਲ ਗੱਲ ਕਰਨਗੇ ਜੇ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਜਰੂਰ ਉਹ ਸਾਹਮਣਾ ਆਣ ਦੱਸਣ ਜੇ ਉਹ ਪੰਜਾਬ ਦੇ ਬੰਦੇ ਆ ਤਾਂ ਉਹਨਾਂ ਨੇ ਗੱਡੀ ਦਾ ਹਿਮਾਚਲ ਨੰਬਰ ਕਿਉਂ ਲਿਆ ਵਾ ਤੇ ਜਿਹੜਾ 20 ਤਰੀਕ ਨੂੰ ਤੁਸੀਂ ਐਲਾਨ ਕੀਤਾ ਵੀ ਅਸੀਂ ਗੱਡੀਆਂ ਹਿਮਾਚਲ ਦੀ ਜਿਹੜੀ ਉੱਥੇ ਆਣ ਗਈਆਂ ਉਹਨਾਂ ਨੂੰ ਰੋਕਾ ਕੇ ਕੋਲਾ ਭਰਨ ਤੇ ਰੋਕਾਂਗੇ ਇਹ ਤੇ ਇਦਾਂ ਦੇ ਜਿਹੜੇ ਪ੍ਰੋਗਰਾਮ ਪਹਿਲਾਂ ਵੀ ਲੀਕੇ ਆਪਾਂ ਆਪਾਂ ਮੇ ਛੋਟੇ ਛੋਟੇ ਪ੍ਰੋਗਰਾਮ ਲੀਕੇ ਆ ਆਪਾਂ ਮਾ ਡੰਪਾਂ ਤੇ ਗੱਡੀਆਂ ਨੂੰ ਰੋਕਦੇ ਰਹੇ ਆ ਉਥੇ ਆ ਕੇ ਪ੍ਰਸ਼ਾਸਨ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਮਦਦ ਉਹਨਾਂ ਦੀ ਕਰਦਾ ਰਿਹਾ ਲੱਗਦਾ ਨਹੀਂ 20 ਤਰੀਕ ਨੂੰ ਵੀ ਪ੍ਰਸ਼ਾਸਨ ਦਬਾਨ ਦੀ ਕੋਸ਼ਿਸ਼ ਕਰੂਗਾ ਪਰ ਤੁਹਾਨੂੰ ਦੇਖੋ ਜੀ ਪ੍ਰਸ਼ਾਸਨ ਦੇ ਲਾਰੇ ਪਹਿਲਾਂ ਅਸੀਂ ਬੜੇ ਸਹਲੇ ਸਾਨੂੰ ਆਸ ਸੀ ਵੀ ਚਲੋ ਸਾਨੂੰ ਇੱਥੇ ਤੱਕ ਕਿਹਾ ਜਾਂਦਾ ਦਾ ਮੀਟਿੰਗਾਂ ਕਰਕੇ ਵੀ ਕੰਮ ਇੱਥਾਂ ਪੁੱਜ ਗਿਆ ਜੀ ਉੱਥਾਂ ਪੁੱਜ ਗਿਆ ਜੀ 70 ਪੈਸੇ ਹੋ ਗਏ ਜੀ 65 ਪੈਸੇ ਹੋ ਗਿਆ ਜੀ ਪਰ ਅਸੀਂ ਹੁਣ ਇੱਕੋ ਗੱਲ ਪਰ ਹੱਲ ਹੈ ਸਾਡੇ ਕੋਲ ਐਗਰੀਮੈਂਟ ਲੈ ਆਇਓ ਕੰਮ ਦਾ ਅਸੀਂ ਉਠਾਂਗੇ ਜਾਂ ਫਿਰ ਜਿਹੜੇ ਉਹ ਲਾਗਾ ਛੱਜੇ ਜੇ ਬੱਸਾਂ ਆਂਦੀਆਂ ਲੋਹੇ ਦੇ ਕੱਦ ਉਹਦੇ ਆਲੀਆਂ ਡੰਡੇ ਆਲੀਆਂ ਉਹ ਲੈ ਕੇ ਆਇਓ ਸਾਨੂੰ ਪਾ ਕੇ ਜੇਲ੍ਹ ਦੇ ਵਿੱਚ ਪਾ ਦਿਓ ਹਿਮਾਚਲ ਆਲਿਆਂ ਨੂੰ ਜਿਹੜੇ ਸਾਡੇ ਘਰਾਂ ਦੇ ਉੱਪਰ ਵੀ ਰਾਜ ਕਰਾ ਦਿਓ ਉਹਨਾਂ ਦਾ ਜਿਹੜਾ ਬਣਦਾ ਹੱਕ ਹੈ ਉਹ ਦੇ ਦਿਓ ਇੱਥਾ ਆ ਕੇ ਜੇ ਉਹਨਾਂ ਦਾ ਕੋਈ ਹੈਗੀ ਕੋਈ ਗੱਲ ਹੈ ਦੇਖੋ ਅਸੀਂ ਕੰਮ 'ਤੇ ਬੈਠੇ ਕੰਮ ਲੈ ਕੇ ਹੀ ਲਾਂਗੇ ਉਤੇ ਬਾਅਦ ਕਾ ਹੁਣ ਸਾਡੇ ਕੋਲ ਕੋਈ ਆਜਾ ਲੋਲੀਪੌਪ ਲੈ ਕੇ ਆਵੇ ਕਿਸੇ ਕੋਲ ਕੋਈ ਪੱਕੇ ਤੌਰ ਤੇ ਕੋਈ ਲਿਖਤੀ ਚੀਜ਼ ਹੋਊਗੀ ਤਾਂ ਸਾਡੇ ਕੋਲ ਆਵੇ ਜਾਂ ਫਿਰ ਸਿੱਧਾ ਡੰਡਾ ਲੈ ਕੇ ਆਵੇ ਸਾਨੂੰ ਚੱਕ ਕੇ ਕਿਤੇ ਜੇਲ੍ਹ ਚ ਪਾ ਦੇਵੇ ਜੇ ਪੰਜਾਬ ਨਾਲੇ ਧਗਾ ਹੋਊਗਾ ਜੇ ਧੱਕਾ ਹੋਊਗਾ ਮੈਂ ਵੀ ਕਹਿਣਾ ਚਾਹੁੰਦਾ ਫਿਰ ਹੁਣ ਤਿਆਰੀ ਕਰ ਲਿਓ ਮੈਂ ਆਵਾਜ਼ ਦਊਂਗਾ ਪੂਰੇ ਪੰਜਾਬ ਨੂੰ ਮੈਂ ਗੱਲ ਕਰ ਲਈ ਆਪਣੇ ਵੱਲ ਤੇ ਜਿਹੜੇ ਜਿਹੜੇ ਬੰਦਿਆਂ ਨਾਲ ਸਾਡੀ ਹੁੰਦੀ ਹੈ ਗੱਲ ਵੇ ਬਿਲਕੁਲ ਜੇ ਪੰਜਾਬ ਦੇ ਨਾਲ ਇੱਥੇ ਜਾ ਕੇ ਧੱਕਾ ਹੋਊਗਾ ਸਾਡਾ ਮਾਲ 50 ਸਾਲ ਤੋਂ ਕਿਸੇ ਬਾਹਰ ਦੀ ਗੱਡੀ ਨੂੰ ਚਕਾਇਆ ਜਾ ਰਿਹਾ ਸਾਡੀ ਗੱਡੀ ਭਰਾ ਸਾਡੇ ਭੁਕੇ ਐ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਐਸੇ ਵੀ ਬੰਦੇ ਆ ਜਿਨ੍ਹਾਂ ਦੀਆਂ 2-2 ਸਾਲ ਦੀਆਂ ਫੀਸਾਂ ਮੈਂ ਜਾਣਦਾ ਮੈਂ ਨਾਮ ਲੈ ਕੇ ਦੱਸੂੰਗਾ ਵੇ 200 ਦਾਲ ਦੀਆਂ ਫੀਸਾਂ ਨਹੀਂ ਨਿਆਣਿਆਂ ਦੇ ਦੇ ਹੋ ਰੀਆਂ ਜਿੱਦੇ ਇੱਕ ਬੱਚੇ ਦੀ 2-4000 ਦੀ ਫੀਸ ਸਾਲ ਦੀ ਨਹੀਂ ਭਰੀ ਜਾਂਦੀ ਦੱਸੋ ਉਹ ਨਾ ਬੰਦਿਆਂ ਦੇ ਸਾਡਾ ਮਾਲ ਲੋਕਾਂ ਨੂੰ ਲੁੱਟੋਗਾ ਲੁੱਟਾ ਗਿਆ ਸਾਡੇ ਭਰਾਵਾਂ ਨੂੰ ਭੁੱਖੇ ਮਾਰ ਕੇ ਡਰਾਈਵਰੀ ਕਰਨ ਨੂੰ ਹਿਮਾਚਲ ਦੀ ਮਜਬੂਰ ਕੀਤਾ ਵਾ ਸਾਡੇ ਜ਼ਿਆਦਾਤਰ ਜਿਹੜੇ ਬੰਦੇ ਮਾਲਕ ਤੇ ਕਿਸੇ ਦਿਨ ਚ 2010 ਚ ਅੱਜ ਡਰਾਈਵਰੀ ਕਰਨ ਨੂੰ ਅੱਜ ਦੀ ਮਜਬੂਰ ਹੋ ਗਏ ਲੱਕ ਲਾਣ ਦਾ ਮੈਂ ਕਹਿੰਦਾ ਸਮੇਂ ਦੀਆਂ ਸਰਕਾਰਾਂ ਦੀਆਂ ਜਿਹੜੇ ਬੰਦੇ ਸਾਡੇ ਭਰਾਵਾਂ ਦੀ ਜਾਂ ਆਪਣੇ ਜਿੱਥੇ ਦੇ ਚੁਣਕਾ ਤੁਸੀਂ ਰਾਜਭਾਗ ਆਪਣੇ ਆਪ ਨੂੰ ਤਾਜ ਬਣਾ ਬਣਾ ਕੇ ਤੁਹਾਨੂੰ ਭੇਜਦੇ ਤੁਸੀਂ ਆਪਣੇ ਇਲਾਕੇ ਦੀ ਗੱਲ ਨਹੀਂ ਕਰਦੇ ਚਾਹ ਹੋ ਅੱਜ ਦਾ ਮੰਤਰੀ ਹੈ ਚਾਹ ਜਿਹੜਾ ਲੰਘੇ ਸਮੇਂ ਦੇ ਮੰਤਰੀ ਲੰਘੇ ਬਿਲਕੁਲ ਵੀ ਉਹਨਾਂ ਬੰਦਿਆਂ ਦੀ ਬਹੁਤ ਨਲਾਇਕੀ ਆ ਜੇ ਆਪਣੇ ਪੰਜਾਬ ਦਾ ਕਿਸੇ ਖਾਤਰ ਲੋਕਾਂ ਦਾ ਮਾਲ ਜਿਹੜਾ ਹਿਮਾਚਲ ਨੂੰ ਲੁੱਟਵਾ ਰਹੇ ਆ ਇਹਨਾਂ ਦੀ ਨਲਾਇਕੀ ਮੈਂ ਕਹਿੰਦਾ ਬਹੁਤ ਗਲਤ ਗੱਲ ਹੈ ਇਹਨਾਂ ਬੰਦਿਆਂ ਦਾ ਬਿਲਕੁਲ ਜੀ ਜਿਵੇਂ ਵੀਰ ਸਿੰਘ ਉਹਨਾਂ ਨੇ ਕਿਹਾ ਕਿ 20 ਦਸੰਬਰ ਨੂੰ ਜਿਹੜਾ ਹੈ ਕੀਰਤਪੁਰ ਸਾਹਿਬ ਵਿਖੇ ਜਿੱਥੇ ਹਿਮਾਚਲ ਦੀਆਂ ਗੱਡੀਆਂ ਆ ਕੇ ਪਲੇਟੀ ਦੇ ਉੱਤੇ ਕੋਲਾ ਭਰਦੀਆਂ ਨੇ ਉਹਨਾਂ ਨੂੰ ਰੋਕ ਦਿੱਤਾ ਜਾਊਗਾ ਜੇ ਇਹਨਾਂ ਦਾ ਹੱਕ ਇਹਨਾਂ ਨੂੰ ਨਾ ਮਿਲਿਆ ਔਰ ਇਹਨਾਂ ਵੱਲੋਂ ਜਿਹੜਾ ਹੈ ਐਲਾਨ ਕੀਤਾ ਗਿਆ ਹੈ ਕਿ 20 ਤਰੀਕ ਨੂੰ ਉੱਥੇ ਜਾ ਕੇ ਸਵੇਰੇ ਜਿਹੜੀ ਸੋਸਾਇਟੀ ਦੇ ਜਿਹੜੇ ਟਰੱਕ ਆਪਰੇਟਰ ਆ ਉੱਥੇ ਆਪਣੀਆਂ ਦਰੀਆਂ ਵਿਛਾ ਕੇ ਰਸਤੇ ਨੂੰ ਬੰਦ ਕਰ ਦੇਣਗੇ ਤੇ ਕਿਸੇ ਵੀ ਹਿਮਾਚਲ ਦੇ ਟਰੱਕ ਨੂੰ ਉੱਥੋਂ ਕੋਲਾ ਨਹੀਂ ਭਰਨ ਦਿੱਤਾ ਜਾਵੇਗਾ ਕਿਤਨਾ ਕਿਤੇ ਪੰਜਾਬ ਸਰਕਾਰ ਨੂੰ ਇਹਨਾਂ ਦੀ ਜਿਹੜੀ ਮੰਗ ਹੈ ਖਾਸ ਕਰਕੇ ਇਹ ਆਪਣੇ ਕੰਮ ਨੂੰ ਲੈ ਕੇ ਪਿਛਲੇ 7 ਮਹੀਨੇ ਤੋਂ ਸੰਘਰਸ਼ ਕਰ ਰਹੇ ਨੇ ਤੇ ਸਾਢੇ 3 ਮਹੀਨੇ ਤੋਂ ਲਗਭਗ ਇੱਥੇ ਧਰਨੇ ਦੇ ਬੈਠੇ ਹੋਏ ਨੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਆਪਣੇ ਜਿਹੜੇ ਲੋਕ ਹੈ ਪੰਜਾਬ ਦੇ ਲੋਕ ਹੈ ਖਾਸ ਕਰਕੇ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਲੋਕ ਹੈ ਇਹਨਾਂ ਦਾ ਹੱਕ ਇਹਨਾਂ ਨੂੰ ਮਿਲਣ ਤੇ ਆਪਣੇ ਆਪਣੇ ਕੰਮਾਂ ਤੇ ਜਾ ਕੇ ਆਪਣੇ ਪਰਿਵਾਰ ਨਾਲ ਨੂੰ ਪਾਲਣ ਕਮਰਨਦੀ ਪ੍ਰਣਾ ਦੇ ਨਾਲ ਬੱਸੀ ਗਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਕੀਰਤਪੁਰ ਸਾਹਿਬ